ਓਕੇ, ਤੁਸੀਂ ਸਾਡਾ ਤੁਹਾਨੂੰ ਅਸੀਂ ਪਰਸਨਲ ਨੰਬਰ ਦਿੱਤਾ, ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ, ਤੁਹਾਨੂੰ ਲੱਗਦਾ ਅਣਜਾਣ ਬੰਦਾ ਦਰਵਾਜ਼ਾ ਖੜਾਉਂਦਾ, 80545-00217 ਇਹ ਮੇਰਾ ਪਰਸਨਲ ਨੰਬਰ ਹੈ, ਕਿਸੇ ਟਾਈਮ ਵੀ 24 ਘੰਟੇ 'ਚ ਤੁਸੀਂ ਮੈਨੂੰ ਕਾਲ ਕਰੋਗੇ ਅਤੇ ਮੈਂ ਇਹ ਨੰਬਰ ਚੱਕਾਂਗਾ ਅਤੇ ਨਾਲ ਦੀ ਨਾਲ ਖੁਦ ਆਵਾਂਗਾ। ਠੀਕ ਹੈ ਸਰ। ਵੈਸੇ ਇਸ ਤੋਂ ਇਲਾਵਾ ਟੀਮ ਵੀ ਲਾਤੀ ਆਪਾਂ ਇਸ ਰੋਡ 'ਤੇ, ਅਤੇ ਉਹ 24 ਘੰਟੇ ਇਸ ਰੋਡ 'ਤੇ ਗਸ਼ਤ ਕਰੇਗੀ ਔਰ ਤੁਹਾਨੂੰ ਟਾਈਮ ਟੂ ਟਾਈਮ ਮਿਲ ਕੇ ਵੀ ਜਾ ਕੇ ਤੁਹਾਡਾ ਹਾਲ ਪੁੱਛ ਕੇ ਵੀ ਜਾਏਗੀ। ਠੀਕ ਹੈ ਸਰ। ਇਸ ਤੋਂ ਇਲਾਵਾ ਮੈਂ ਜਿਹੜੀਆਂ ਇਸ ਰੋਡ 'ਤੇ ਹੋਰ ਵੀ ਨੇ ਫੈਕਟਰੀਆਂ ਜਾਂ ਭਵਾਨੀਗੜ੍ਹ ਏਰੀਏ 'ਚ ਸਬ ਡਿਵੀਜ਼ਨ 'ਚ ਪੂਰੀਆਂ, ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਹਰ ਇੱਕ ਨੇ ਜਿਹੜੇ ਕੈਮਰੇ ਵੀ ਲਗਾਏ ਹੋਏ ਨੇ ਉਹ ਸਿਰਫ ਆਪਦੀ ਸੇਫਟੀ ਲਈ, ਸਿਰਫ ਆਪਦੇ ਦਰਵਾਜ਼ੇ ਤੱਕ, ਉਹਨਾਂ ਨੂੰ ਬੇਨਤੀ ਹੈ ਕੋਈ 3-4 ਹਜ਼ਾਰ ਦਾ ਖਰਚਾ, ਬਹੁਤਾ ਖਰਚਾ ਨਹੀਂ, ਵੀ ਇੱਕ ਰੋਡ 'ਤੇ ਵੀ ਕੈਮਰਾ ਰੋਡ ਸਾਈਡ ਵੱਲ ਵੀ ਕਰਕੇ ਲਾਇਆ ਜਾਵੇ ਤਾਂ ਜੋ ਜੇ ਕੋਈ ਮਾੜਾ ਅਨਸਰ ਆਉਂਦਾ ਉਹਦੀ ਪਹਿਚਾਣ ਕਰਕੇ ਉਹਨੂੰ ਜਲਦੀ ਗ੍ਰਿਫਤਾਰ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸਿਕਿਉਰਿਟੀ ਵਾਸਤੇ ਚੌਂਕੀਦਾਰ ਰੱਖਣ, ਅਤੇ ਸਾਨੂੰ ਜਦੋਂ ਵੀ ਫੈਕਟਰੀ 'ਚ ਬੁਲਾਉਣ ਅਸੀਂ ਉਹਨਾਂ ਨੂੰ ਮੋਟੀਵੇਟ ਕਰਕੇ ਜਾਵਾਂਗੇ। ਠੀਕ ਹੈ, ਆਪਣੀ ਹਿਫਾਜ਼ਤ ਲਈ ਇਹ ਖੁਦ ਵੀ ਅਤੇ ਨਾਲ ਅਸੀਂ ਵੀ ਹੈਗੇ ਹਾਂ, ਇਹਨਾਂ ਨੂੰ ਬੇਫਿਕਰ ਹੋ ਕੇ ਆਪਦਾ ਵਪਾਰ ਕਰਨ, 24 ਘੰਟੇ ਇਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਹਾਜ਼ਰ ਹਾਂ ਅਸੀਂ। ਇਸ ਤਰ੍ਹਾਂ ਕਿ ਜਦੋਂ ਹੀ ਸਾਨੂੰ ਪਤਾ ਲੱਗਿਆ ਕਿ ਤਲਾਹ ਮਿਲੀ ਕਿ ਵਰਿੰਦਰ ਜੀ ਦੀ ਫੈਕਟਰੀ ਦੇ ਵਿੱਚ ਚੋਰੀ ਹੋਈ ਹੈ, ਅਸੀਂ ਤੁਰੰਤ, ਮੈਂ SHO ਸਾਹਿਬ ਅਤੇ ਬਾਕੀ ਅਸੀਂ ਸੀਨੀਅਰ ਅਫਸਰਾਂ ਦੇ ਵੀ ਧਿਆਨ 'ਚ ਨਾਲ ਦੀ ਨਾਲ ਲਿਆਂਦਾ, ਅਸੀਂ ਮੌਕੇ 'ਤੇ ਆਏ। ਉਸ ਤੋਂ ਬਾਅਦ CI ਦੀ ਟੀਮ ਵੀ ਦੀ ਡਿਊਟੀ ਲਾਈ ਗਈ, ਜਿੱਥੋਂ ਇੰਸਪੈਕਟਰ CI ਹੈ, DSP D ਸਾਹਿਬ, ਅਤੇ ਸਾਰੇ ਅਸੀਂ ਇਕੱਠੇ ਹੋ ਕੇ ਇੱਕੋ ਦਮ ਮੌਕੇ 'ਤੇ ਆ ਕੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਸਾਰੇ ਹਾਲਾਤ ਦਾ ਜਾਇਜ਼ਾ ਲੈ ਕੇ FIR ਦਰਜ ਕੀਤੀ ਗਈ, ਅਸੀਂ ਇੱਥੋਂ ਡੰਪ ਚੱਕੇ ਆ, ਅਤੇ ਇਸ ਤੋਂ ਇਲਾਵਾ ਅਸੀਂ ਹਰ ਤਰ੍ਹਾਂ ਨਾਲ ਖੰਗਾਰ ਰਹੇ ਹਾਂ ਔਰ ਬਹੁਤ ਜਲਦੀ ਅਸੀਂ ਚੋਰਾਂ ਨੂੰ ਸਲਾਖਾਂ ਪਿੱਛੇ ਕਰਾਂਗੇ। ਅਤੇ ਇਸ ਤੋਂ ਇਲਾਵਾ ਅਸੀਂ ਜਿਹੜੇ ਹੋਰ ਵੀ ਇਸ ਰੋਡ ਦੇ ਸਾਰੇ ਭਵਾਨੀਗੜ੍ਹ ਏਰੀਏ 'ਚ ਵਪਾਰੀ ਵਰਗ ਆ ਜਿਨ੍ਹਾਂ ਨੇ ਮਕਾਨ 'ਚ ਵੀ ਫੈਕਟਰੀਆਂ ਲੱਗੀਆਂ ਨੇ, ਅਸੀਂ ਹੋਰ ਵੀ ਜਿਹੜੀ ਹੈ ਜਿਹੜੀ ਆਪਣੀ ਪੈਟਰੋਲਿੰਗ ਪਾਰਟੀ ਹੈ, ਨਾਈਟ ਪੈਟਰੋਲਿੰਗ ਪਾਰਟੀ ਆ, ਉਹਨਾਂ ਨੂੰ ਸਪੈਸ਼ਲੀ ਹਦਾਇਤ ਕੀਤੀ ਹੈ ਕਿ ਜਿਸ ਫੈਕਟਰੀ ਵਿੱਚ ਚੌਂਕੀਦਾਰ ਆ ਉਹਨੂੰ ਚੌਂਕੀਦਾਰ ਨੂੰ ਰਾਤ ਨੂੰ ਮਿਲਿਆ ਜਾਵੇ, ਜਾਂ ਇਹਨਾਂ ਨੂੰ ਵੀ ਨੰਬਰ ਐਕਸਚੇਂਜ ਕੀਤੇ ਆ ਕਿ ਜੇਕਰ ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਮਾਮੂਲੀ ਲੱਗਦਾ ਕਿ ਇੱਥੇ ਅਣਜਾਣ ਵਿਅਕਤੀ ਘੁੰਮ ਰਹੇ ਜਾਂ ਸ਼ੱਕੀ ਲੱਗਦਾ ਹੈ, ਤਾਂ ਅਸੀਂ ਦੁਬਾਰਾ ਨੰਬਰ ਆਪਣਾ ਰਿਪੀਟ ਕਰ ਦਿੰਦਾ ਮੈਂ, 80545-00217। ਮੇਰੇ ਨਾਲ ਤੁਰੰਤ ਕਿਸੇ 24 ਘੰਟੇ ਦੇ ਵਿੱਚ ਕਿਸੇ ਟਾਈਮ ਵੀ ਮੈਨੂੰ ਕਾਲ ਕੀਤੀ ਜਾ ਸਕਦੀ ਹੈ, ਮੈਂ ਵਿਦਇਨ 5 ਮਿੰਟਸ 'ਚ ਖੁਦ ਵੀ ਆਵਾਂਗਾ। ਇਸ ਤੋਂ ਇਲਾਵਾ ਅਸੀਂ ਸਪੈਸ਼ਲ ਇਸ ਰੋਡ 'ਤੇ, ਨਾਭਾ ਰੋਡ 'ਤੇ, ਭਵਾਨੀਗੜ੍ਹ ਟੂ ਨਾਭਾ ਰੋਡ 'ਤੇ ਸਪੈਸ਼ਲ ਇੱਕ ਗੱਡੀ ਲਾ ਦਿੱਤੀ ਗਈ ਹੈ, ਉਹ ਹਰ ਘੰਟੇ ਘੰਟੇ ਪਿੱਛੋਂ ਫੈਕਟਰੀ ਦੇ ਇਕੱਲੀ ਇਕੱਲੀ 'ਤੇ ਚੈੱਕ ਕਰਕੇ ਮਾਲਕ ਉੱਥੇ ਹੋਊਗਾ ਜਾਂ ਚੌਂਕੀਦਾਰ ਹੋਊਗਾ, ਉਹਨੂੰ ਮਿਲ ਕੇ ਉਹਦਾ ਹਾਲ ਚਾਲ ਪੁੱਛ ਕੇ ਫਿਰ ਨੈਕਸਟ ਮੂਵ ਹੋ ਜਾਣਗੇ। ਇਸ ਤੋਂ ਇਲਾਵਾ ਅਸੀਂ ਵਪਾਰੀ ਵਰਗ ਨੂੰ ਭਰੋਸਾ ਦਿਵਾਉਂਦੇ ਹਾਂ ਵੀ ਉਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਅਸੀਂ 24 ਘੰਟੇ ਤਣਾਅ ਤਾਂ ਬੇਖੌਫ ਹੋ ਕੇ ਆਪਦਾ ਕਾਰੋਬਾਰ ਕਰਨ। ਮੇਰਾ ਨਾਮ ਵਰਿੰਦਰ ਗੋਇਲ ਆ, ਅਤੇ ਮੈਂ ਪੂਰੇ ਚੈਨਲ ਦਾ, ਸਾਰੇ ਚੈਨਲਾਂ ਦਾ ਪੂਰਾ ਧੰਨਵਾਦ ਕਰਦਾ ਵੀ ਉਹਨਾਂ ਨੇ, ਉਹਨਾਂ ਦੇ ਭਰੋਸੇ ਹੀ ਸਾਰੀ ਕਾਰਵਾਈ ਹੋ ਰਹੀ ਆ। ਪੁਲਿਸ ਜਦੋਂ ਸਾਡੀ ਚੋਰੀ ਹੋਈ ਸੀ ਅਸੀਂ ਤਲਾਹ ਦਿੱਤੀ ਪੁਲਿਸ ਦੀ, ਉਦੋਂ ਦੀ ਹੀ ਪੂਰੀ ਕਾਰਜਗਾਰੀ ਚੱਲ ਰਹੀ ਆ, ਅਤੇ ਸਾਨੂੰ ਪੁਲਿਸ ਨੇ ਪੂਰਾ ਭਰੋਸਾ ਦਿੱਤਾ ਵੀ ਚੋਰ ਅਸੀਂ ਕਿਸੇ ਵੀ ਹਾਲਤ 'ਚ ਫੜ ਕੇ ਰਹਾਂਗੇ। ਹਾਂ, ਪੂਰਾ ਭਰੋਸਾ ਦਵਾਇਆ, ਅਤੇ ਰਾਤ ਨੂੰ ਗਸ਼ਤ ਕਰਨ ਗੱਡੀ ਆਉਂਦੀ ਆ, ਸਾਰੀ ਇੰਡਸਟਰੀਆਂ ਨੂੰ ਵੀ
ਹੋਰ ਇੰਡਸਟਰੀਆਂ ਨੇ ਜਿਹੜੀਆਂ ਹੈਗੀਆਂ ਉਹਨਾਂ ਨੂੰ ਵੀ ਹੌਸਲਾ ਹੋ ਗਿਆ ਵੀ ਹਾਂ ਇੱਥੇ ਮੁੜ ਕੇ ਚੋਰੀ ਹੋ ਨਹੀਂ ਸਕਦੀ। ਕੋਈ ਨੰਬਰ ਵਗੈਰਾ ਵੀ ਸ਼ੇਅਰ ਕਰਿਆ? ਹਾਂ ਨੰਬਰ ਵੀ ਦਿੱਤਾ, DSP ਸਾਹਿਬ ਨੇ ਨੰਬਰ ਦਿੱਤਾ ਅਤੇ SHO ਸਾਹਿਬ ਦਾ ਨੰਬਰ ਮੇਰੇ ਕੋਲ ਹੈਗਾ ਵੀ ਜੇ ਕੋਈ ਗੱਲਬਾਤ ਰਾਤ ਨੂੰ ਕੋਈ ਤੁਹਾਨੂੰ ਦਿਖਦਾ ਕੋਈ ਬੰਦਾ ਗਲਤ ਤਾਂ ਸਾਨੂੰ ਤਲਾਹ ਕਰੋ, ਅਸੀਂ ਨਾਲ ਦੀ ਨਾਲ ਹਾਜ਼ਰ ਹੋਵਾਂਗੇ 5 ਮਿੰਟ 'ਚ। ਹੁਣ ਕਿਤੇ ਨਾ ਕਿਤੇ ਸੇਫ ਮਹਿਸੂਸ ਕਰ ਰਹੇ? ਹਾਂ ਸੇਫ ਜ਼ਰੂਰ ਮਹਿਸੂਸ ਕਰ ਰਹੇ ਹਾਂ। ਪੰਜਾਬ ਛੱਡਣ ਦੀ ਗੱਲ ਕੀਤੀ ਸੀ, ਹੁਣ ਲੱਗਦਾ ਵੀ ਵਪਾਰ ਸੰਭਵ ਹੈਗਾ ਦੁਬਾਰਾ ਤੋਂ? ਦੇਖੋ ਜੀ ਭਰੋਸਾ ਪੂਰਾ ਦਿੱਤਾ ਉਹਨਾਂ ਨੇ ਸਾਨੂੰ, ਹੈਗਾ ਵੀ ਹਾਂ ਵੀ ਹੁਣ ਹੈਗਾ ਹੌਸਲਾ ਸਾਨੂੰ ਵੀ ਅਸੀਂ ਕੰਮ ਕਰ ਸਕਦੇ ਹਾਂ ਉਰੇ।